ਗਲੀ ਦੇ ਵਿੱਚ ਮਾਸ਼ਾਅੱਲਾ ਐਡਾ ਪਿਆਰਾ ਡਿਜ਼ਾਈਨ ਸਾਨੂੰ ਉਹਨਾਂ ਨੇ ਨਾ ਸੀਮਟ ਦੇ ਨਾਲ ਜਿਹੜੀਆਂ ਉਸ ਦਿਨ ਤੁਸੀਂ ਪਿਛਲੀ ਵੀਡੀਓ 'ਚ ਵੇਖੀਆਂ ਨੇ ਬੋਰੀਆਂ ਪਈਆਂ ਸਨ ਸੀਮਟ ਦੀਆਂ, ਰੇਤ ਵਗੈਰਾ ਸਾਰਾ ਕੁਛ, ਉਹ ਇਹ ਡਿਜ਼ਾਈਨ ਬਣਿਆ ਪੂਰੀ ਦੀਵਾਰ ਜਿਹੜੀ ਹੈ ਨਾ ਮਸਜਿਦ ਬੈਰੂਨੀ, ਉਹਨੂੰ ਸਾਰਾ ਉਹਨੇ ਸੋਹਣਾ ਕਰਕੇ ਨਾ ਥੱਲੇ ਦੇਖੋ ਸਾਰਾ ਨਾਲ ਹੀ ਵੀ ਉਹਨੇ ਸੋਹਣੀ ਕਰ ਦਿੱਤੀ ਹੈ ਵਾਈਦ ਨੇ, ਮਿਸਤਰੀ ਨੇ ਸਾਨੂੰ ਚੰਗਾ ਮਿਸਤਰੀ ਅੱਲਾ ਨੇ ਦੇ ਦਿੱਤਾ। ਇਹ ਬੜਾ ਬਿਹਤਰੀਨ ਜਿਹੜਾ ਉਹਨੇ ਨਾ ਸਾਨੂੰ ਇਹ ਕਰ ਦਿੱਤਾ ਹੈ। ਇਹਦੇ ਨਾਲ ਇਹ ਸੀ ਕਿ ਦੀਵਾਰ ਜਿਹੜੀ ਇਹਦੇ ਉੱਤੇ ਇਹ ਕਲਰ ਖਰਾਬ ਹੋ ਜਾਂਦਾ ਸੀ, ਇਹ ਦੇਖੋ ਇਹ ਰੰਗ ਖਰਾਬ ਹੋਇਆ, ਹੁਣ ਇਹਦੇ ਨਾਲ ਇਹ ਜਿਹੜਾ ਬਣ ਗਿਆ ਨਾ ਸਿੱਲ ਉੱਤੇ ਨਹੀਂ ਜਾਏਗੀ। ਇਹ ਸਾਰੀ ਦੇਖੋ ਬੜੀ ਵੱਡੀ ਦੀਵਾਰ ਹੈ, ਦੋ ਮਿਸਤਰੀ ਅਤੇ ਇੱਕ ਮਜ਼ਦੂਰ ਨੇ ਮਿਲ ਕੇ ਅਤੇ ਇਹ ਕੰਮ ਕੀਤਾ। ਇਹ ਦੇਖੋ ਸਾਡੀ ਮਸਜਿਦ ਦੇ ਆ ਰਹੇ ਨੇ ਜਿਹੜੇ ਨੇ ਨਾ ਨਾਜ਼ਮ, ਜਿਹੜੇ ਨਿਜ਼ਾਮ ਚਲਾ ਰਹੇ ਨੇ, ਵੇਖ ਲਓ ਸੋਟੀ ਨਾਲ ਚੱਲ ਰਹੇ ਨੇ ਅਤੇ ਇਹਨਾਂ ਮਾਸ਼ਾਅੱਲਾ ਬੜਾ ਮੈਨੇਜ ਸਾਂਭੇ ਹੈ। ਇਹ ਮਸਜਿਦ ਦਾ ਮਹਿਰਾਬ ਹੈ, ਪਿਛਲੇ ਪਾਸੇ ਦੇਖੋ ਕਲਰ ਖਰਾਬ ਹੋਇਆ, ਸਾਰੀ ਅਸੀਂ ਜਿਹੜਾ ਨਾ ਅੱਲਾ ਨੇ ਕਰਮ ਕੀਤਾ ਅਤੇ ਖਾਸ ਕਰਕੇ ਸਾਨੂੰ ਸਪੋਰਟ ਜਿਹੜੀ ਅਮੈਰੀਕਾ ਤੋਂ ਆਈ ਹੈ, ਭਾਈ ਅਕਰਮ ਸਾਹਿਬ ਅਕਰਮ ਚੀਮਾ ਸਾਹਿਬ ਦੇ ਜਿਹੜੇ ਦੋਸਤ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਿੱਥੇ ਲੱਗ ਰਹੇ ਨੇ ਉਹਨਾਂ ਦੇ ਪੈਸੇ ਦੇ, ਕਿੱਥੇ ਨਹੀਂ ਲੱਗ ਰਹੇ, ਅਤੇ ਅਸੀਂ ਉਹਨਾਂ ਦਾ ਇੱਕ ਇੱਕ ਪੈਸਾ ਜਿਹੜਾ ਨਾ ਉਹ ਇਸ ਮਸਜਿਦ 'ਤੇ ਲਾਵਾਂਗੇ, ਜ਼ਾਇਆ ਇੱਕ ਰੁਪਈਆ ਵੀ ਨਹੀਂ ਹੋਣ ਦਿਆਂਗੇ। ਅਤੇ ਉਹਨਾਂ ਨੂੰ ਐਂਡ ਤੱਕ ਜਿਹੜੀ ਇਹਨਾਂ ਦੀ ਹਰ ਮੂਵੀ ਰਿਕਾਰਡਿੰਗ ਉਹ ਬਣਾ ਕੇ ਭੇਜਾਂਗੇ। ਇਹ ਮਸਜਿਦ ਦਾ ਦੂਸਰੀ ਪਿਛਲੇ ਵਾਲੀ ਦੀਵਾਰ ਹੈ, ਇਹ ਸਪੀਕਰ ਲੱਗੇ ਨੇ, ਇਹ ਸਾਹਮਣੇ ਦਰਸ ਦੀ ਬਿਲਡਿੰਗ ਹੈ, ਇਹ ਵੀ ਇਨਸ਼ਾਅੱਲਾ ਜਿਹੜਾ ਨਾ ਅਸੀਂ ਇਸ ਤੋਂ ਬਾਅਦ ਦਰਸ ਦਾ ਵੀ ਕੰਮ ਕਰਨਾ ਜਿੱਥੇ ਬੱਚੇ ਪੜ੍ਹਦੇ ਨੇ। ਫਿਲਹਾਲ ਇਸ ਮਸਜਿਦ 'ਚ ਬੱਚੇ ਜਿਹੜੇ ਨੇ ਨਾ ਉਹ ਪੜ੍ਹ ਰਹੇ ਨੇ, ਅਤੇ ਅਸੀਂ ਉਹ ਅਮੈਰੀਕਾ ਵਾਲੇ ਜਿਹੜੇ ਦੋਸਤ ਨੇ ਜਿਨ੍ਹਾਂ ਦਾ ਸਾਨੂੰ ਕੋਈ ਨਹੀਂ ਪਤਾ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਦਿਲ ਦੀ ਅਥਾਹ ਗਰਾਈਆਂ ਤੋਂ, ਕਿ ਉਹਨਾਂ ਨੇ 5 ਲੱਖ ਰੁਪਈਆ ਜਿਹੜਾ ਨਾ ਉਹ ਇਸ ਮਸਜਿਦ ਵਾਸਤੇ ਭੇਜਿਆ, ਅਤੇ ਅੱਲਾਹ ਪਾਕ ਉਹਨਾਂ ਦਾ ਕਬੂਲ ਕਰੇ ਅਤੇ ਹੋਰ ਕਈ ਲੱਖਾਂ ਕਰੋੜਾਂ ਇਹਨਾਂ ਨੂੰ ਮਲਟੀਪਲ ਜ਼ਰਬਾਂ ਦੇ ਕੇ ਅੱਲਾਹ ਪਾਕ ਉਹਨਾਂ ਨੂੰ ਦੇਵੇ, ਅਤੇ ਉਹ ਮਜ਼ੀਦ ਇਸ ਮਸਜਿਦ ਦੀ ਖਿਦਮਤ ਕਰਨ ਵਿੱਚ ਸਾਡਾ ਸਾਥ ਦੇ ਦੇਣ। ਇਹ ਦੇਖੋ ਐਵੇਂ ਉੱਤੋਂ ਪਾਣੀ ਥੱਲੇ ਉਤਾਰਨ ਵਾਸਤੇ ਪਾਠਸ਼ਾਹ ਜਿਹਨੂੰ ਆਉਂਦੇ ਨੇ, ਇਹ ਖਿੜਕੀਆਂ ਨੇ, ਇਹਨਾਂ ਨੂੰ ਵੀ ਅਸੀਂ ਕਲਰ ਕਰਾਵਾਂਗੇ ਇਨਸ਼ਾਅੱਲਾ, ਅੰਦਰ ਵਾਲੀ ਸਾਈਡ 'ਤੇ ਅਲਮੋਨੀਅਮ ਲਾਵਾਂਗੇ, ਅਲਮੋਨੀਅਮ ਦੀ ਸੋਹਣੀ ਖਿੜਕੀ। ਇਹ ਦੇਖੋ ਸਾਰੀ ਦੀਵਾਰਾਂ ਖਰਾਬ ਹੋਈਆਂ, ਲੇਕਿਨ ਇਹਨਾਂ ਨੂੰ ਵੈਦਰ ਸ਼ੀਟ ਨਾਲ ਜਾਂ ਟਾਇਲ, ਅਗਰ ਸਾਡੇ ਕੋਲ ਫੰਡਸ ਹੋਏ ਅੱਲਾਹ ਪਾਕ ਨੇ ਸਾਥ ਦਿੱਤਾ ਅਤੇ ਅਸੀਂ ਇਹਨੂੰ ਟਾਇਲ ਨਾਲ ਬਾਹਰੋਂ ਵੀ ਸੋਹਣਾ ਕਰਾਂਗੇ, ਅਤੇ ਇਹ ਦਰਸਤੀ ਨਾਲ ਹਿੱਸਾ ਇਹਦਾ। ਇਹ ਦੇਖੋ ਮੈਂ ਸਾਰੀ ਦੀਵਾਰ ਜਿਹੜੀ ਹੈ ਨਾ ਬਾਹਰੋਂ ਸੋਹਣੀ ਹੋ ਗਈ ਹੈ, ਲਾਈਟਾਂ ਦਰਸਤੀਆਂ ਪਈਆਂ ਨੇ, ਰੇਤ ਵੀ ਪਈ ਹੈ। ਇਹ ਫਰੰਟ ਹੈ ਮਸਜਿਦ ਦਾ, ਇਹਦੇ ਵਿੱਚ ਸੋਹਣੀ ਟਾਇਲ ਲਾ ਕੇ ਉੱਪਰ ਜਾ ਕੇ ਅਸੀਂ ਜਿਹੜਾ ਨਾ ਉਹ ਮੀਨਾਰ ਬਣਾਵਾਂਗੇ, ਅਤੇ ਜਿਹੜਾ ਨਾ ਦੂਰੋਂ ਪਤਾ ਨਹੀਂ ਲੱਗਦਾ ਮਸਜਿਦ ਦਾ ਪਤਾ ਲੱਗੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹ ਸਾਥ ਵਾਲਾ ਜਿਹੜਾ ਥੋੜ੍ਹਾ ਜਿਹਾ ਜਗ੍ਹਾ ਹੈ ਨਾ ਇਹ ਸਾਨੂੰ ਮਿਲ ਜਾਏ ਜਿੱਥੇ ਅਸੀਂ ਵਾਸ਼ਰੂਮ ਬਾਹਰ ਕੱਢ ਸਕੀਏ, ਅਤੇ ਜਿਹੜਾ ਅੰਦਰ ਦੀ ਹੈ ਨਾ ਮਸਲਾ ਸਮੈਲ ਵਗੈਰਾ ਵਾਸ਼ਰੂਮਾਂ ਦੀ ਹੁੰਦੀ ਹੈ ਉਹ ਖਤਮ ਹੋ ਜਾਏ। ਨਮਾਜ਼ ਪੜ੍ਹਨੇ ਆ ਅਸੀਂ, ਨਮਾਜ਼ ਪੜ੍ਹਨੇ ਐਂਟਰ ਹੋ ਕੇ ਇੱਥੇ, ਇਹ ਸਾਹਮਣੇ ਟਾਇਲ ਹੈ ਜਿਹੜੀ ਖਰੀਦੀ ਗਈ ਹੈ ਤੁਹਾਡੇ ਪੈਸਿਆਂ ਨਾਲ, ਇਹ ਸਾਹਮਣੇ ਮੀਨਾਰ ਨੇ, ਇਹ ਸਾਨੂੰ ਦਰਸ ਦਿੰਦੇ ਕਮਰਾ, ਇਹ ਬੱਚੇ ਪੜ੍ਹ ਰਹੇ ਨੇ, ਇਹ ਵਾਸ਼ਰੂਮ ਨੇ, ਬੱਚਿਆਂ ਦੀ ਆਵਾਜ਼ ਆ ਰਹੀ ਹੋਣੀ ਤੁਹਾਨੂੰ, ਇੱਥੇ ਬੱਚੇ ਪੜ੍ਹ ਰਹੇ ਨੇ, ਇਹ ਸਾਹਮਣੇ ਸਾਰੀ ਮਸਜਿਦ ਹੈ। ਇਨਸ਼ਾਅੱਲਾ ਇਹਨੂੰ ਸੋਹਣਾ ਟਾਇਲ ਲਾ ਕੇ ਜਿਹੜੇ ਤੁਸੀਂ ਭੇਜਿਆ ਨਾ ਪੈਸੇ, ਇੱਕ ਇੱਕ ਰੁਪਈਆ ਜਾਇਆ ਨਿਕਲਾਂਗੇ, ਇਹ ਮਸਜਿਦ ਦੇ ਬੱਚੇ ਪੜ੍ਹ ਰਹੇ ਨੇ। ਖਰਾਬ ਹੋ ਗਏ ਨੇ, ਕਲਰ ਖਰਾਬ ਨੇ, ਸਾਰੀ ਅਸੀਂ ਟਾਇਲ ਲਾਉਣੀ ਇਨਸ਼ਾਅੱਲਾ। ਕੁਝ ਦੋਸਤਾਂ ਨੇ ਯੂਨਾਨ ਤੋਂ ਸਪੇਨ ਤੋਂ ਇੱਧਰ ਉੱਧਰੋਂ ਕੁਛ ਪੈਸੇ ਭੇਜੇ ਨੇ, ਲੇਕਿਨ ਉਹ ਥੋੜ੍ਹੇ ਨੇ। ਇਹ ਮਸਜਿਦ ਦੇ ਉੱਪਰ ਦੇਖੋ ਇਹ ਲੱਗੀਆਂ, ਅਸੀਂ ਅੱਜ ਇੱਥੇ ਇਹ ਲੱਗੀ ਹੈ ਨਾ ਲੜੀਆਂ ਲੱਗੀਆਂ ਨੇ, ਇੱਥੇ ਕਰਕੇ ਅਸੀਂ ਸੀਲਿੰਗ ਦਾ ਲੈਵਲ ਰੱਖਣਾ। ਪੱਖੇ ਸਾਰੇ ਚੇਂਜ ਕਰ ਦੇਣੇ ਨੇ, ਸੋਲਰ ਵਾਲੇ ਨਵੇਂ ਪੱਖੇ ਆਏ ਨੇ, 7-8 ਹਜ਼ਾਰ ਰੁਪਏ ਦਾ ਇੱਕ ਪੱਖਾ ਹੁੰਦਾ ਮੇਰਾ ਖਿਆਲ ਹੈ, ਸਾਰੇ ਪੱਖੇ ਅਸੀਂ ਚੇਂਜ ਕਰਕੇ ਇਹਨਾਂ ਨੂੰ ਸੋਲਰ 'ਤੇ ਲੈ ਜਾਣਾ ਹੈ। ਇਹ ਉਹ ਸਾਈਡ ਜਿੱਥੇ ਦੀਵਾਰ ਬਹਿ ਗਈ ਸੀ, ਡੈਮੇਜ ਹੋ ਗਈ ਸੀ,
ਇਹ ਵਾਲੀ ਅਸੀਂ ਬਿਹਤਰੀਨ ਕਰਕੇ ਬੀਮ ਪਵਾ ਦਿੱਤਾ। ਇਹ ਦੇਖੋ ਇਹ ਮੁਰੰਮਤ ਚਾਲੂ ਹੈ, ਇਹ ਮਾਈਕ ਪੇ ਹੈ, ਅਲਮਾਰੀ ਹੈ, ਇੱਥੇ ਯੂ ਪੀ ਐੱਸ ਬੈਟਰੀ ਸਿਸਟਮ ਹੈ। ਇਹ ਦੀ ਦੂਸਰਾ ਕਾਰਨਰ ਹੈ ਦੀਵਾਰ ਦਾ, ਜਿਹਦੇ ਵਿੱਚ ਅਸੀਂ ਬੀਮ ਪਵਾਇਆ, ਉਹ ਵੀ ਇਨਸ਼ਾਅੱਲਾ ਹੁਣ ਤਾਕਤ ਦੇ ਚਾਵੀ ਹੈ ਦੀਵਾਰ। ਇਹ ਮਹਿਰਾਬ ਹੈ, ਇਹਨੂੰ ਇੱਥੇ ਟਾਇਲ ਲਾਵਾਂਗੇ, ਇਹ ਚੀਜ਼ ਖਤਮ ਕਰ ਦਿਆਂਗੇ ਚਮਕੀਲੀ, ਇਨਸ਼ਾਅੱਲਾ ਜਿਹੜਾ ਨਾ ਉਹ ਇਹਨੂੰ ਬਿਹਤਰੀਨ ਸੋਹਣਾ ਕਰ ਦਿਆਂਗੇ, ਜਿੱਥੇ ਮਹਿਮਾਨ ਜਿੱਥੇ ਨਮਾਜ਼ੀ ਆ ਕੇ ਬਹਿਣ ਅਤੇ ਉਹਨਾਂ ਨੂੰ ਸਕੂਨ ਮਿਲੇ। ਇਹ ਬਾਹਰ ਦੋ ਪੱਖੇ ਲੱਗੇ ਨੇ, ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਵੀ ਨਵਾਂ ਕਰੀਏ, ਚੇਂਜ ਕਰੀਏ। ਇਹ ਉੱਪਰ ਬਿਲਡਿੰਗ ਹੈ, ਦਰਸ ਦੀ ਪੁਰਾਣੀ ਅਸੀਂ ਬਣਾਈ ਹੈ, ਲੇਕਿਨ ਉਸ ਤੋਂ ਬਾਅਦ ਨਹੀਂ ਹੋ ਸਕਿਆ ਕੰਮ ਕੰਪਲੀਟ, ਜਿੱਥੇ ਬੱਚਿਆਂ ਨੇ ਪੜ੍ਹਨਾ। ਇਹ ਵਾਸ਼ਰੂਮ ਵਾਲੀ ਜਗ੍ਹਾ ਹੈ, ਇਹਨੂੰ ਵੀ ਬਿਹਤਰੀਨ ਕਰਾਂਗੇ। ਇਹ ਦੋ ਵਾਸ਼ਰੂਮ ਨੇ, ਤੁਹਾਨੂੰ ਅਗਰ ਨਾਲ ਜਗ੍ਹਾ ਮਿਲ ਜਾਂਦੀ ਹੈ ਤਾਂ ਅਸੀਂ ਉਹ ਖਰੀਦ ਕੇ ਅਤੇ ਖਰੀਦੀਏ, ਜਾਂ ਉਂਝ ਦੇ ਦਿਨ ਗਿਫਟ ਦੇ ਦਿਨ ਤਾਂ ਵੀ ਠੀਕ ਹੈ, ਮਸਜਿਦ ਨੂੰ ਡੋਨੇਟ ਕਰ ਦੇਣ ਫਿਰ ਵੀ ਠੀਕ ਹੈ। ਅਤੇ ਇਨਸ਼ਾਅੱਲਾ ਅਸੀਂ ਉਹ ਇਹਨਾਂ ਨੂੰ ਬਾਹਰ ਕੱਢਦੇ ਹਾਂ, ਨਹੀਂ ਤਾਂ ਇੱਥੇ ਹੀ ਫਿਰ ਇਹਨਾਂ ਦੀ ਮੈਂਟੇਨੈਂਸ ਕਰਾਂਗੇ। ਅਤੇ ਉਮੀਦ ਹੈ ਕਿ ਤੁਹਾਨੂੰ ਇਹ ਕੰਮ ਜਿਹੜਾ ਪਸੰਦ ਆਏਗਾ। ਮੈਂ ਫਿਰ ਕਹਿ ਰਿਹਾ ਕਿ ਜਿਹੜੇ ਪੈਸੇ ਮਿਲੇ ਨੇ ਸਾਨੂੰ ਉਹ ਇਨਸ਼ਾਅੱਲਾ ਇੱਕ ਇੱਕ ਪਾਈ ਮਸਜਿਦ ਦੀ ਰੈਨੋਵੇਸ਼ਨ 'ਤੇ ਲੱਗਣਗੇ, ਅਤੇ ਜ਼ਾਇਆ ਜਾਂ ਅਸੀਂ ਕਿਸੇ ਨੂੰ ਖਾਣ ਨਹੀਂ ਦਿਆਂਗੇ ਇੱਕ ਪੈਸਾ ਵੀ, ਅਤੇ ਉਹ ਇੱਥੇ ਹੀ ਲੱਗੇਗਾ। ਬਲ ਤਾਂ ਖਾਣ ਵਾਲਾ ਕੋਈ ਬੰਦਾ ਹੀ ਕੋਈ ਨਹੀਂ ਸਾਡੇ ਸ਼ਾਮਿਲ, ਅਤੇ ਫਜ਼ੂਲ, ਹਾਂ ਇਹ ਕਿਹਾ ਜਾ ਸਕਦਾ ਕਿ ਫਜ਼ੂਲ ਖਰਚੀ ਨਹੀਂ ਕਰਾਂਗੇ, ਜੋ ਮੁਨਾਸਿਬ ਹੈ ਜਿੱਥੇ ਜਿਹੜੀ ਚੀਜ਼ ਫੱਕਦੀ ਹੈ ਉੱਥੇ ਹੀ ਉਹਨੂੰ ਕਰਾਂਗੇ, ਉੱਥੇ ਹੀ ਲਾਇਆ ਜਾਏਗਾ। ਅਤੇ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਜ਼ੀਦ ਜਿਹੜਾ ਕੰਮ ਕਰਾਂਗੇ ਇਹਦੇ 'ਚ, ਅਸੀਂ ਇਲੈਕਟ੍ਰੀਸ਼ਨ ਨਾਲ ਡੀਲ ਹੋ ਗਈ ਹੈ, ਉਹਨੇ ਵੀ ਕਿਹਾ ਮੈਂ 25,000 ਰੁਪਇਆ ਲਵਾਂਗਾ, ਸਾਰੀ ਮਸਜਿਦ ਦਾ ਕੰਮ ਕਰਾਂਗਾ, ਅਤੇ 80,000 ਫਿਲਹਾਲ ਦਿਓ ਤਾਰਾਂ ਵਗੈਰਾ ਲਿਆਉਣ ਵਾਸਤੇ, ਉਹ ਉਹਨੂੰ ਦੇ ਦਿਆਂਗੇ ਇਨਸ਼ਾਅੱਲਾ। ਕੰਮ ਜਿਹੜਾ ਨਾ ਉਹ ਸੋਲਰ ਸਿਸਟਮ ਦੇ ਅਨੁਸਾਰ ਹੀ ਲੈ ਕੇ ਜਾਣਾ ਹੈ, ਪਲੱਸ ਬਿਜਲੀ। ਅੱਲਾ ਹਾਫਿਜ਼।